ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਆਏ ਹਾਂ ਜੀ ਜਗਰਾਉਂ। ਜਗਰਾਉਂ ਦੇ ਵਿੱਚ 17ਵਾਂ ਇੰਟਰਨੈਸ਼ਨਲ PDFA ਮੇਲਾ ਲੱਗਾ ਹੋਇਆ। PDFA ਮੇਲਾ ਕਿਸਾਨ ਵੀਰਾਂ ਦੇ ਲਈ, ਖਾਸ ਕਰ ਜਿਹੜੇ ਲੋਕ ਡੇਅਰੀ ਫਾਰਮ ਦੇ ਕਿੱਤੇ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਨਾਲ ਸੰਬੰਧਿਤ ਹੁੰਦਾ ਜੀ। ਅਤੇ ਅੱਜ ਆਪਾਂ ਤੁਹਾਨੂੰ ਇਸ ਮੇਲੇ ਦੇ ਵਿੱਚ ਕਵਰੇਜ ਕਰਕੇ ਵਿਖਾਵਾਂਗੇ, ਕੋਸ਼ਿਸ਼ ਕਰਾਂਗੇ ਜੋ ਕੁਛ ਵੀ ਇੱਥੇ ਆਇਆ ਹੋਇਆ ਉਹ ਤੁਹਾਨੂੰ ਦਿਖਾਉਣ ਦੀ। ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਜੀ, 3 ਬੁਲਟ ਮੋਟਰਸਾਈਕਲ ਅਤੇ 1 ਮਹਿੰਦਰਾ ਟਰੈਕਟਰ। ਇਹ ਜਿਹੜੇ ਇੱਥੇ ਲੋਕ ਪਸ਼ੂ ਲੈ ਕੇ ਆਏ ਆ, ਗਾਵਾਂ ਲੈ ਕੇ ਆਏ ਆ, ਮੱਝਾਂ ਲੈ ਕੇ ਆਏ, ਨੀਲੀ ਰਾਵੀ, ਮੋਹਰਾ ਜਾਂ HF ਜਾਂ ਦੁੱਧ ਚੁਆਈ ਦੇ ਮੁਕਾਬਲੇ ਹੋਏ, ਜਿਹੜੇ ਵੀ ਉਹਨਾਂ ਦੇ ਵਿੱਚ ਜੇਤੂ ਹੋਇਆ ਉਹਨਾਂ ਨੂੰ ਇਹ ਦਿੱਤੇ ਜਾਣਗੇ ਜੀ। ਇਹਦੇ ਨਾਲ ਦੀ ਨਾਲ ਹੀ ਜਿਹੜੇ ਲੋਕ ਡੇਅਰੀ ਫਾਰਮ ਦੇ ਕਿੱਤੇ ਦੇ ਨਾਲ ਸੰਬੰਧ ਰੱਖਦੇ ਆ, ਅਤੇ ਉਹਦੇ ਵਿੱਚ ਅਕਸਰ ਹੀ ਜਿਵੇਂ ਆਪਾਂ ਨੂੰ ਸੰਦਾਂ ਦੀ ਵੀ ਜ਼ਰੂਰਤ ਪੈਂਦੀ ਆ, ਜਿਵੇਂ ਹੁਣ ਤੁਸੀਂ ਇੱਥੇ ਮੇਰੇ ਪਿੱਛੇ ਵੇਖ ਰਹੇ ਹੋ, 1 TMR ਨੂੰ ਕਹਿ ਦਿੰਦੇ ਆ ਟੋਟਲ ਮਿਕਸ ਰਾਸ਼ਨ, ਪਸ਼ੂਆਂ ਨੂੰ ਪੱਠੇ ਪਾਉਣ ਵਾਲੀ ਮਸ਼ੀਨ। ਇਸੇ ਤਰ੍ਹਾਂ ਇਸ ਤੋਂ ਅੱਗੇ ਹੋਰ ਫੀਡ ਵਾਲੀਆਂ ਕੁਛ ਜਿਹੜੀਆਂ ਸਟੋਰੀਆਂ ਲੱਗੀਆਂ ਹੋਈਆਂ, ਆਪਾਂ ਸਭ ਕੁਛ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਗੇ ਜਾ ਕੇ ਦਿਖਾਉਣ ਦੀ ਜੀ। ਅੱਜ ਜਿਹੜਾ ਸੀਗਾ ਐਕਸਪੋ ਦਾ ਪਹਿਲਾ ਦਿਨ ਆ, ਅਤੇ ਇਹਦੇ ਵਿੱਚ ਆਪਾਂ ਜੇ ਸ਼ੁਰੂਆਤ ਕਰੀਏ ਤਾਂ ਇੱਥੋਂ ਪਹਿਲਾਂ ਹੀ ਮਸ਼ੀਨਰੀ ਦਾ ਮੇਲਾ ਸ਼ੁਰੂ ਹੋ ਗਿਆ ਜੀ। ਕਿਉਂਕਿ ਜਿਹੜਾ ਇਹ ਪਹਿਲਾਂ ਹੁੰਦਾ ਸੀ, ਪਹਿਲਾਂ ਇੱਥੇ ਲੱਗੇ ਹੁੰਦੇ ਸੀ ਫੀਡ ਵਾਲੇ ਜਿਹੜੇ ਟੈਂਟ ਲੱਗੇ ਹੁੰਦੇ ਸੀ, ਕਿ 3 ਅਲੱਗ ਅਲੱਗ, ਪਰ ਇਸ ਵਾਰ ਐਤਕੀ ਇਹਨਾਂ ਨੇ ਜਿਹੜੀ ਇਹਦੀ ਸਾਰਾ ਡਾਇਆਗ੍ਰਾਮ ਉਹ ਚੇਂਜ ਕੀਤਾ ਹੋਇਆ ਜੀ। ਅਤੇ ਜੇ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜਿਵੇਂ ਕਿ ਇੱਧਰ ਗੱਦੇ ਵਗੈਰਾ ਆ ਗਏ, ਪਸ਼ੂਆਂ ਦਾ ਜਿੰਨਾ ਵੀ ਸਾਂਭ ਸੰਭਾਲ ਦਾ ਸਮਾਨ ਆ, ਆਪਾਂ ਗੱਲਬਾਤ ਕਰਦੇ ਇਹਨਾਂ ਦੇ ਨਾਲ, ਪੁੱਛਦੇ ਹਾਂ ਕੀ ਕੁਛ ਲੈ ਕੇ ਆਏ ਅਤੇ ਕਿੱਥੋਂ ਇਹ ਆਏ ਹੋਏ ਜੀ, ਅਤੇ ਗੱਲਬਾਤ ਕਰਦੇ ਹਾਂ। ਵੈਲਕਮ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਕਿਹੜੀ ਜਗ੍ਹਾ ਤੋਂ ਜੀ? ਬਾਗਾ ਪਣਾ ਜੀ, ਮੁਦਕੀ ਰੋਡ। ਠੀਕ ਹੈ, ਕੀ ਕੀ ਲੈ ਕੇ ਆਏ ਜੀ? ਸਾਰਾ ਜਿੰਨਾ ਆਪਣਾ ਸਮਾਨ ਲੱਗਦਾ ਹੈਗਾ। ਜਿੰਨਾ ਵੀ ਫਾਰਮ ਨਵੇਂ ਬਣ ਰਹੇ ਆ ਜੀ, ਜਿੰਨੇ ਨਵੇਂ ਫਾਰਮ ਬਣ ਰਹੇ ਆ ਉਹਨਾਂ ਸਾਰਿਆਂ ਦਾ ਸਮਾਨ ਆ ਟੋਟਲ। ਠੀਕ ਹੈ ਜੀ। ਖੇਲਾਂ, ਸਟੀਲ ਦੀਆਂ, ਗੈਲਵੇਨਾਈਜ਼, ਠੀਕ ਹੈ ਜੀ। ਤੇ ਬਾਕੀ ਜਿਹੜੇ ਸਕੰਜੇ ਆ ਗਏ, ਇਹ ਪਹਿਲਾਂ ਤਾਂ ਸਿਵਲ ਹਸਪਤਾਲਾਂ 'ਚ ਹੁੰਦੇ ਸੀ। ਹਾਂਜੀ ਹਾਂਜੀ, ਜਿਹਦੇ ਅਗਲਾ ਘਰ ਹੀ ਲਾ ਲੈਂਦਾ। ਹਾਂਜੀ ਹਾਂਜੀ ਹਾਂਜੀ, ਜਿਹਦੇ ਪਸ਼ੂ ਜ਼ਿਆਦਾ ਜਾਂ ਜ਼ਿਆਦਾਤਰ ਇਹ ਚੱਲਦੇ ਹੈਗੇ ਆ ਗਊਸ਼ਾਲਾ 'ਚ। ਬਾਕੀ ਉਹ ਗਾਵਾਂ ਨੂੰ ਚੱਕਣ ਵਾਸਤੇ ਤਰਕੰਡੀਆਂ ਆ ਗਈਆਂ ਜੀ। ਥੈਂਕ ਯੂ ਸਰ। ਓਕੇ ਜੀ। ਅਤੇ ਲਓ ਜੀ, ਜਿਵੇਂ ਆਪਾਂ ਗੱਲ ਕੀਤੀ ਸ਼ੁਰੂ ਦੇ ਵਿੱਚ ਹੀ ਕਿ ਡੇਅਰੀ ਫਾਰਮ ਦੇ ਕਿੱਤੇ ਨਾਲ ਗੋਹਾ ਖਿੱਚਣ ਵਾਲੀ, ਧੱਕਣ ਵਾਲੀ, ਚੱਕਣ ਵਾਲਾ ਸਮਾਨ, ਹੈ ਨਾ, ਅੱਜ ਕੱਲ੍ਹ ਜਿਵੇਂ ਇਹਨਾਂ ਟਰਾਲੀਆਂ ਦਾ ਕਾਫੀ ਟ੍ਰੈਂਡ ਚੱਲਦਾ ਪਿਆ ਜੀ। 4000 ਰੁਪਇਆ ਕੀਮਤ ਹੈ ਜੀ? ਇਹ 2-3 ਮਾਡਲ 'ਚ ਬਣਦੇ ਆ ਜੀ। ਇੱਕ ਤਾਂ GI ਚਾਦਰ 'ਚ ਬਣਦਾ, ਗੈਲਵੇਨਾਈਜ਼ ਆ ਜੀ। ਅੱਛਾ, ਗੈਲਵੇਨਾਈਜ਼। ਹਾਂਜੀ, ਇਹ ਗੈਲਵੇਨਾਈਜ਼ ਹੈ ਜੀ। ਇਹਦੀ ਲਾਈਫ ਮੰਨ ਕੇ ਚਲੋ 20 ਸਾਲ ਦੀ ਆ, ਟੱਬ ਦੀ, ਇਕੱਲੇ ਟੱਬ ਦੀ ਕੋਟਿੰਗ ਹੋਈ ਵੀ ਆ, ਬੋਰਡਿੰਗ ਕੋਟਿੰਗ ਕਹਿੰਦੇ ਆ। ਉਹ ਹੈਗਾ GI ਦਾ। ਅੱਛਾ, ਇਹਦੇ 'ਚ ਆਪਾਂ SS ਦਾ ਵੀ ਬਣਾਉਣੇ ਆ, ਉਹ ਵਾਲਾ ਜਿਵੇਂ ਉਹ ਸਟੀਲ ਦਾ ਜਿਹੜਾ ਉਹ। ਹਾਂਜੀ ਹਾਂਜੀ, ਨਹੀਂ ਹਾਂਜੀ, ਇਹ ਦੋਨੇ ਮਾਡਲ, ਇਹ ਸਟੀਲ ਦਾ, ਇਹ GI। ਠੀਕ ਹੈ। ਆਪਣੇ ਕੋਲ 2-3 ਮਾਡਲ ਬਣਦੇ ਆ। ਇਹਦੇ ਵਿੱਚ ਆਪਾਂ ਇੱਕ ਸੈਲੇਜ ਵਾਲੀ ਵੀ ਬਣਾਉਣੇ ਆ, ਵੱਡੀ ਵਾਲੀ। ਅੱਛਾ ਹਾਂਜੀ, ਇਹ ਜਿਵੇਂ ਸੈਲੇਜ ਛੋਟੇ ਫਾਰਮਾਂ ਕੇ, ਛੋਟੇ ਫਾਰਮਾਂ ਲਈ ਹੈ, ਜਿਵੇਂ ਕਿਸੇ ਨੇ ਛੋਟੇ ਫਾਰਮ 'ਚ ਸੈਲੇਜ ਲੈ ਕੇ ਜਾਣਾ ਨਾ, ਇਹ ਗੋਬਰ ਵਾਸਤੇ ਆ। ਇਹਦੇ 2 ਟਾਇਰਾਂ ਤੇ ਆ ਸਿੰਗਲ? ਹਾਂਜੀ ਹਾਂਜੀ, ਇਹਦੇ 'ਚ ਡਬਲ ਟਾਇਰੀ ਵੀ ਹੋ ਜਾਂਦੀ ਹੈ ਜੀ। ਅਤੇ ਇਸ ਦੇ ਨਾਲ ਹੀ ਜਿਵੇਂ ਅੱਜ ਕੱਲ੍ਹ ਮੱਕੀ ਦਾ, ਹੈ ਨਾ, ਆ ਗਿਆ ਜ਼ਮਾਨਾ, ਜ਼ਿਆਦਾਤਰ ਸਾਇਲੇਜ ਪੈਂਦਾ, ਅਤੇ ਸਾਇਲੇਜ ਦੇ ਲਈ ਇਹ ਵੈਲੀਆਂ ਤੁਸੀਂ ਮਸ਼ੀਨਾਂ ਦੇਖ ਰਹੇ ਹੋ। ਇਹ ਗ੍ਰੇਡਰ ਆ ਗਿਆ ਆਲੂਆਂ ਦੇ ਲਈ, ਅਤੇ ਇਹ ਸਾਇਲੇਜ ਵਾਲੀ ਮਸ਼ੀਨ ਆ ਗਈ, ਅਤੇ ਇਹ ਮੱਕੀ ਕੱਟਣ ਵਾਲੀ ਆ ਗਈ। ਇਸ ਤਰ੍ਹਾਂ ਹੀ ਇੱਧਰ ਆ ਗਏ ਜੀ ਹਰਾ ਚਾਰਾ ਕੱਟਣ ਦੇ ਲਈ, ਚਰੀ ਵਗੈਰਾ, ਅਤੇ ਜਾਂ ਇਹਦੇ ਰੀਪਰ ਹੈਗਾ, ਇਹ ਵੀ ਜਿਹੜਾ ਅੱਗੇ ਲਾ ਕੇ ਟਰੈਕਟਰ 'ਤੇ ਆਪਾਂ ਚਲਾਉਂਦੇ ਹੁੰਦੇ ਹਾਂ। ਉਸ ਤੋਂ ਅੱਗੇ ਹੋਰ
ਤੁਹਾਨੂੰ ਦਿਖਾਉਂਦੇ ਹਾਂ ਡੈਰੀ ਫਾਰਮ ਦੇ ਨਾਲ ਜੁੜੇ ਹੋਏ ਸਮਾਨ। ਇੱਥੇ ਆਪਾਂ ਡੈਰੀ ਫਾਰਮ ਨਾਲ ਲਿਟਰੀ ਸਮਾਨ ਲੈ ਕੇ ਆਏ, ਜਿਵੇਂ ਟੈਂਕਰ ਗੋਬਰ ਢੋਣ ਵਾਲਾ ਖੇਤਾਂ 'ਚ, ਜਿਵੇਂ ਆਹ 15,000 ਲੀਟਰ ਦਾ ਆਪਾਂ ਟੈਂਕਰ ਬਣਾਇਆ, ਜਿਵੇਂ ਆਪਣਾ ਕਹਿ ਦਈਏ ਵੀ ਬਾਇਓਗੈਸ ਦੇ ਵਿੱਚ। ਹਾਂਜੀ, ਬਾਇਓਗੈਸ ਜਾਂ ਡੈਰੀ ਫਾਰਮ ਦੇ ਵਿੱਚ ਨਹੀਂ, ਉਹ ਤਾਂ ਜਿਵੇਂ ਬਾਇਓਗੈਸ ਦਾ ਲਿਕੁਇਡ ਟਾਈਪ ਹੋ ਗਿਆ। ਹਾਂਜੀ ਹਾਂਜੀ, ਥੋੜਾ ਜਿਹਾ ਪੇਸਟ ਟੇਪ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ, ਇਹ ਦੋਨੋਂ ਚੱਕ ਦਿੰਦਾ, ਦੋਨੇ ਚੱਕ ਦਿੰਦਾ ਜੀ। ਅੱਛਾ, ਦੋਨੇ ਵੈਕਮ ਨਾਲ ਵੀ ਚੱਕ ਲੈਂਦੇ ਆਪਾਂ ਇਹਨੂੰ ਪੰਪ, ਮੇਨ ਇੱਕ ਆਪਾਂ ਪੱਖਾ ਬਣਾਉਂਦੇ ਆ ਆਹ ਚੀਜ਼, ਉਹਦੇ ਨਾਲ ਵੀ ਆਪਾਂ ਇਹਨੂੰ, ਹਾਂਜੀ ਹਾਂ, ਉਹਦੇ ਨਾਲ ਵੀ ਲੋਡ ਕਰਕੇ ਆਪਾਂ ਖੇਤਾਂ 'ਚ ਖਿਲਾਰ ਸਕਦੇ। ਇਹ ਟਰੈਕਟਰ ਨਹੀਂ, ਇਹ ਉਹਦੇ ਵਿੱਚ ਪੈਟ ਦੇ ਰੱਖਿਆ ਜਾਂਦਾ ਤੇ ਪੀਟੀਓ ਨਾਲ ਚੱਲਦਾ, ਪੀਟੀਓ ਨਾਲ ਚੱਲਦਾ, ਇਹਦੇ ਨਾਲ ਵੀ ਆਪਾਂ ਟੈਂਕਰ ਲੋਡ ਕਰ ਸਕਦੇ। ਇਹ ਆਪਾਂ ਨਵਾਂ ਟੈਂਕਰ ਬਣਾਇਆ 15,000 ਲੀਟਰ ਦਾ। ਹਾਂਜੀ, ਇਹਨੂੰ ਪੀਟੀਓ ਲਾਈਆ ਜੀ ਆਪਾਂ। ਹਾਂਜੀ, ਇਹ ਹਾਂ ਪੀਟੀਓ ਲਾਤੀ ਇਹਨੂੰ, ਤੇ ਇਹਦੇ ਵਿੱਚ ਆਪਾਂ ਪਹਿਲਾਂ 6,000 ਤੇ 10,000 ਲੀਟਰ ਬਣਾਉਂਦੇ ਸੀਗੇ। ਆਹ ਜਿਵੇਂ 6,000 ਦਾ ਬਣਿਆ ਖੜਿਆ, ਉਹ 10,000 ਲੀਟਰ ਦਾ ਬਣਿਆ ਵਾ। ਇਹ ਡੀਜ਼ਲ ਟੈਂਕ ਆ। ਵਜ਼ਨ ਬਹੁਤ ਜ਼ਿਆਦਾ ਹੋ ਜਾਂਦਾ। ਇੱਕ ਐ ਨਾ ਜੀ, ਜਦੋਂ ਵਾਹਣ ਮੱਕੀ ਵਾਲੇ ਗਿੱਲੇ ਹੁੰਦੇ ਆ, ਉਦੋਂ ਫਿਰ ਫਾਰਮਰ ਨੇ ਗੋਹਾ ਪਾਉਣਾ ਹੁੰਦਾ ਤੇ ਉਹ ਵਿੱਚ ਬਹਿ ਜਾਂਦਾ। ਹੁਣ ਇਹ ਆ ਵੀ ਪੀਟੀਓ ਦੇ ਨਾਲ ਭਾਵ ਛੋਟਾ ਟਰੈਕਟਰ ਆ ਤੇ ਖੇਤ ਦੇ ਵਿੱਚ ਆਸਾਨੀ ਨਾਲ ਖਿਲਾਰੂਗਾ। ਇਹ ਪਿੱਛੇ ਲੱਗਿਆ ਵਾ ਜੀ, ਇਹਦੇ ਖਿਲਾਰਨ ਵਾਲਾ ਵੀ। ਇਹ ਸਾਰੇ ਟੈਂਕਰਾਂ ਦੇ ਆਪਣਾ ਪਿੱਛੇ ਲਾਇਆ ਹੁੰਦਾ ਜੀ ਖਿਲਾਰਨ ਵਾਸਤੇ। ਇਹਦੇ ਮਗਰ ਇਹਦੇ ਗਲੀਆਂ ਕੱਢੀਆਂ ਹੁੰਦੀਆਂ ਬੈਕ ਸਾਈਡ ਤੇ ਵੀ, ਹਾਂ ਪ੍ਰੈਸ਼ਰ ਨਾਲ। ਹਾਂਜੀ, ਤੇ ਇਹਦੇ ਵਿੱਚ ਗਲੀਆਂ ਇਹਦੇ ਪਿੱਛੇ ਵੀ, ਇਹਦੇ ਬੈਕ ਸਾਈਡ ਤੇ ਵੀ, ਨਹੀਂ ਇਹਦੇ ਬੈਕ ਸਾਈਡ ਤੇ ਵੀ ਆਹ ਚੀਜ਼ ਹੈ ਨਾ। ਇਹ ਖਿਲਾਰ ਕੇ ਸਿੱਟਦਾ ਜੀ ਸਾਰੇ। ਇਹ 10,000 ਲੀਟਰ ਦਾ, ਇਹ 6,000 ਲੀਟਰ ਦਾ ਆਪਾਂ ਪਹਿਲਾਂ ਰੈਡੀ ਕਰਦੇ ਸੀਗੇ। ਤੇ ਬਾਕੀ ਆਪਾਂ ਡੈਰੀ ਫਾਰਮ ਨਾਲ ਲੀਟਰ ਸਾਰਾ ਕੁਝ ਐਤਕੀ ਆਪਾਂ TMR ਵੀ ਛੋਟਾ ਬਣਾਇਆ, ਫਸਟ ਟਾਈਮ ਵੀ ਬਣਾਇਆ ਉਹ। ਹਾਂ, ਉਹ ਛੋਟੇ ਫਾਰਮਾਂ ਲਈ ਬਣਾਇਆ ਵੀ, ਜਿਹੜਾ ਛੋਟੇ ਫਾਰਮਰ ਤੇ TMR ਨਹੀਂ, ਇਹ ਸਪੈਸ਼ਲ ਆਪਾਂ ਬਣਾਇਆ 300 kg ਦਾ, ਮੋਟਰ ਤੇ ਗੇਅਰ ਵਾਸਤੇ ਆ। ਇਹ 20 ਤੋਂ 25 ਪਸ਼ੂ 30 ਪਸ਼ੂ ਜਿੰਨੇ, ਹਾਂ ਬਸ ਵੀ ਨਹੀਂ, ਟਰੈਕਟਰ ਨਾਲ ਨਹੀਂ, ਇਹ ਪੀਟੀਓ ਨਾਲ ਚੱਲਣਾ ਜੀ। ਮੋਟਰ ਲਾਈ ਇਹਨੂੰ, ਮੋਟਰ ਤੇ ਗੇਅਰ ਬਾਕਸ ਲਾ ਕੇ ਬਣਾਇਆ। ਇਹ ਸਪੈਸ਼ਲੀ ਆਪਾਂ ਬਣਾਇਆ। ਹਾਂਜੀ 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 ਹਾਂਜੀ, ਇਹਨੂੰ ਰੇੜ ਕੇ ਲੈ ਜਾਓ ਭਾਂ ਦੀ। ਹਾਂਜੀ, ਬਾਕੀ ਮੰਨ ਕੇ ਚੱਲੋ ਡੈਰੀ ਫਾਰਮ ਨਾਲ ਜੋ ਮਰਜ਼ੀ ਹੈ, ਆਟੋਮੈਟਿਕ ਸਕ੍ਰੈਪਰ ਹੁੰਦੇ ਆਪਣੇ ਕੋਲੇ, ਉਹ ਆਪਾਂ ਬਣਾਇਆ ਮੋਟਰਸਾਈਕਲ ਮਗਰ, ਜਿਵੇਂ ਛੋਟੀ ਖੇਤੀ ਕਰਦੇ ਆ ਬਾਗਵਾਨੀ, ਇਹਦੇ ਮਗਰ ਹਾਲ ਹੂਲ ਪੈ ਜਾਂਦੇ ਆ, ਸੁਭਾਗਾ ਕਰਾਹਾ ਕੋਈ ਮਰਜ਼ੀ ਆ, ਰੂਟਾਵੇਟਰ ਪਾ ਲਓ, ਜਿਹੜਾ ਉੱਪਰ ਬਹਿ ਕੇ ਜੋ ਮਰਜ਼ੀ ਇਹਦੇ ਕੰਮ ਕਰ ਲਈਏ। ਹਾਂ, ਹੁਣ ਵੈਸੇ ਤਾਂ ਅਸੀਂ ਇਹਦੇ ਮਗਰ ਸਕ੍ਰੈਪਰ ਵੀ ਪਾ ਰਹੇ ਹਾਂ ਟਰੈਕਟਰ ਵਾਲੇ, ਵੱਡੇ ਫਾਰਮਾਂ 'ਚ ਜਿਵੇਂ ਆਟੋਮੈਟਿਕ ਸਕ੍ਰੈਪਰ ਨਹੀਂ ਲੱਗੇਗੇ ਦੂਜੇ ਉਹਨਾਂ ਲਈ। ਹਾਂ, ਮੋਟਰ ਹਾਂ 3 HP ਦੀ, ਹਾਂਜੀ ਸਿੰਗਲ ਫੇਸ ਦੀ। ਬਾਕੀ ਹਾਂਜੀ ਹਾਂਜੀ, ਬਾਕੀ ਜਿਵੇਂ ਆਹ ਹੂ ਟ੍ਰਿਮਰ ਗਾਈਆਂ ਦੇ ਖੁਰ ਬਣਾਉਣ ਵਾਲਾ, ਠੀਕ ਆ। ਇਹ ਪੰਜਾਬ, ਰਾਜਸਥਾਨ, UP ਕੀ ਜਿਹੜਾ ਸਾਰੇ ਜਾ ਰਹੇ ਆ, ਜਿੱਥੇ ਜ਼ਿਆਦਾ ਯਾਨੀ ਕਿ 30 ਤੋਂ ਉੱਪਰ ਡੰਗਰ ਆ, ਸਾਰਿਆਂ ਨੂੰ ਲੋੜ ਪੈਂਦੀ ਹੈ ਜੀ ਇਹਦੀ। ਲਓ ਜੀ, ਇਹ ਤਾਂ ਸੀਗਾ ਜਿਵੇਂ ਆਪਾਂ ਦਿਖਾਇਆ ਕਿ ਜਿੰਨਾ ਵੀ ਡੈਰੀ ਫਾਰਮ ਦੇ ਨਾਲ ਸੰਬੰਧਿਤ ਸੀਗਾ। ਇਸ ਤੋਂ ਬਾਅਦ ਜਿਵੇਂ ਕਿ ਜਿਵੇਂ ਜਿਵੇਂ ਆਪਾਂ ਅੱਗੇ ਤੁਰੇ ਜਾਵਾਂਗੇ, ਅਤੇ ਜੋ ਕਿ ਆਪਾਂ ਨੂੰ ਪਹਿਲੀਆਂ ਮਸ਼ੀਨਾਂ ਮਿਲ ਜਾਂਦੀਆਂ, ਉਹੀ ਆਪਾਂ ਨੂੰ ਅੱਗੇ ਦੀ ਅੱਗੇ ਮਿਲਦੀਆਂ ਰਹਿੰਦੀਆਂ ਜੀ। ਅਤੇ ਇਹਦੇ ਨਾਲ ਦੀ ਨਾਲ ਹੀ ਜਿਵੇਂ ਕਿ ਇਹ ਮੇਲਾ ਖੇਤੀਬਾੜੀ ਨਾਲ ਸੰਬੰਧਿਤ ਵੀ ਆ, ਅਤੇ ਉਹਦੇ ਨਾਲ ਜਿਵੇਂ ਕਰਤਾਰ ਵਾਲ ਦੀ ਮਸ਼ੀਨ ਹੋ ਗਈ। ਕੀ ਕੁਛ ਲੈ ਕੇ ਆਏ ਆਪਣੀ? ਦੇਖੋ ਸਰ, ਫਿਲਹਾਲ ਜੋ ਆਪਾਂ ਲੈ ਕੇ ਆਏ ਹਾਂ 2 ਟਰੈਕਟਰਸ ਹੈ ਜੀ ਆਪਣੇ ਕੋਲ, ਠੀਕ ਹੈ ਜੀ। ਅਤੇ ਉਹਦੇ ਨਾਲ ਆਪਾਂ ਇੱਕ ਬੇਲਰ ਲੈ ਕੇ ਆਏ ਹਾਂ ਜੀ।
ਆਪਣੀ ਮੋਬਾਈਲ ਸ਼ੈਡਲ ਲੈ ਕੇ ਆਏ ਮੱਕੀ ਦਾ ਚਾਰ ਪਾਉਣ ਵਾਲੀ ਮਸ਼ੀਨ ਜੀ। ਸਿੰਗਲ 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 ਵਾਲੀ ਹੈ ਜੀ, ਤੇ ਉਹਦੇ ਨਾਲ ਆਪਾਂ ਜੀ ਕੰਬਾਈਨ ਲੈ ਕੇ ਆਏ ਆ। ਓਕੇ ਹਾਂਜੀ ਹਾਂਜੀ ਠੀਕ ਹੈ। ਅਚਾਰ ਦੀ ਤੇ ਰੈਡੀਮੇਡ ਅਚਾਰ ਜਿਵੇਂ ਕਿ ਅੱਜ ਕੱਲ ਕਾਫੀ ਲੋਕ ਬਣਾ ਰਹੇ ਆ, ਨਾਲ ਦੀ ਨਾਲ ਹੀ ਤੂੜੀ ਵੀ ਹੁਣ ਪੈਕ ਹੋ ਕੇ ਆਉਣ ਲੱਗ ਗਈ, ਤੇ ਤੂੜੀ ਜਿਵੇਂ 75 ਕਿਲੋ ਦੀ ਪੈਕਿੰਗ ਪਈ ਆ, ਕੰਪਨੀਆਂ ਆਪੋ ਆਪਣਾ ਸਮਾਨ ਇੱਥੇ ਲੈ ਕੇ ਆਏ ਆ। ਤੇ ਨਾਲ ਦੀ ਨਾਲ ਹੀ ਜਿਵੇਂ ਕਿ ਖੇਤੀਬਾੜੀ ਨਾਲ ਆਪਾਂ ਗੱਲ ਕੀਤੀ ਸੰਬੰਧਿਤ ਆ, ਟੋਕੇ ਹੋ ਗਏ ਅਤੇ ਟੋਕਿਆਂ ਦੇ ਨਾਲ ਜਿਵੇਂ ਅਚਾਰ ਹੋ ਗਿਆ, ਅਤੇ ਨਾਲ ਦੀ ਨਾਲ ਹੀ ਇੱਥੇ ਵਰਾਇਟੀ ਆ ਜੀ ਆਲੂਆਂ ਦੇ ਬੀਜ, ਠੀਕ ਹੈ ਜੀ, ਉਹ ਵੀ ਇੱਥੇ ਤੁਹਾਨੂੰ ਵੇਖਣ ਨੂੰ ਮਿਲੂਗੀ। ਅਤੇ ਕੁਛ ਕੰਪਨੀਆਂ, ਕਿਉਂਕਿ ਜਿੰਨੀ ਮਸ਼ੀਨਰੀ ਜ਼ਿਆਦਾ ਹੈ ਟਰੈਕਟਰ ਦੇ ਨਾਲ ਹੀ ਚੱਲਦੀਆਂ, ਅਤੇ ਕੰਪਨੀਆਂ ਟਰੈਕਟਰ ਲੈ ਕੇ ਵੀ ਇੱਥੇ ਪਹੁੰਚਦੀਆਂ ਜੀ। ਅਚਾਰ ਪਾਉਣ ਵਾਲੀ ਮਸ਼ੀਨ ਹੋ ਗਈ, GN ਡੈਰੀ ਫਾਰਮ, ਅਤੇ ਕਿਉਂਕਿ ਆਪਾਂ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਇੱਕ ਵਾਰੀ ਵਿਖਾਈ ਦਿੱਤੀਆਂ ਵੀਡੀਓ ਦੇ ਵਿੱਚ, ਤਾਂ ਕਰਕੇ ਵਾਰ ਵਾਰ ਆਪਾਂ ਨਹੀਂ ਦਿਖਾਉਂਦੇ ਜੀ। ਡੈਰੀ ਫਾਰਮ ਦੇ ਲਈ ਪੱਖੇ ਹੋ ਗਏ, ਗੱਦੇ ਹੋ ਗਏ, ਇਹ ਸਭ ਵਰਾਇਟੀਆਂ ਇੱਥੇ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਜੀ। ਕਾਫੀ ਵੀਰਾਂ ਨੇ ਅਚਾਰ ਵਾਲਾ ਕੰਮ ਕਾਫੀ ਚਲਾਇਆ ਹੋਇਆ, ਅਤੇ ਅਚਾਰ ਦੀ ਪੈਕਿੰਗ ਲੈ ਕੇ ਇੱਥੇ ਪਹੁੰਚੇ ਆ। ਹਰ ਬੰਦਾ ਆਪੋ ਆਪਣੀ ਵਰਾਇਟੀ ਇੱਥੇ ਲੈ ਕੇ ਆ ਰਿਹਾ ਜੀ। ਇਸ ਵਾਰ ਪਹਿਲਾਂ ਨੂੰ ਕਾਫੀ ਜ਼ਿਆਦਾ ਫਰਕ ਪਾ ਦਿੱਤਾ, ਜਿੱਥੇ ਹੁਣ ਆਪਾਂ ਹੈਗੇ ਹਾਂ ਇਸ ਜਗ੍ਹਾ ਦੇ ਉੱਪਰ ਕਿ ਮਸ਼ੀਨਰੀ ਇੱਥੋਂ ਸਟਾਰਟ ਹੁੰਦੀ ਹੁੰਦੀ, ਇਸ ਤੋਂ ਪਹਿਲਾਂ ਸਾਰੇ ਟੈਂਟ ਲੱਗੇ ਹੁੰਦੇ ਆ, ਲੇਕਿਨ ਐਤਕੀ ਇਹਨਾਂ ਨੇ ਇੱਧਰ ਸਾਰਾ ਕੁਛ ਉਹ ਟੈਂਟ ਨੂੰ ਮਸ਼ੀਨਰੀ ਦੇ ਵਿੱਚ ਬਦਲਤਾ, ਅਤੇ ਇਸ ਵਾਰ ਜਿਹੜਾ ਟਰੈਕਟਰ ਵਗੈਰਾ ਉੱਚੇ ਸਟੇਜ ਬਣਾ ਕੇ ਖੜਾਏ ਹੋਏ ਆ ਜੀ। ਇੱਥੇ ਸਭ ਤੋਂ ਪਹਿਲਾਂ ਜੌਂਡਗਰ ਦੀ ਸਟਾਲ ਆ ਗਈ ਜੀ, ਅਤੇ ਜੌਂਡਗਰ ਦੀ ਸਟਾਲ ਤੋਂ ਬਾਅਦ ਵਧੀਆ ਜੀ, ਠੀਕ ਹੋ? ਵਧੀਆ ਵਧੀਆ, ਤੁਸੀਂ ਆਪਣੀ ਵੀਡੀਓ ਦੇਖਦੇ ਰਹਿੰਦੇ ਹਾਂ ਜੀ। ਚਲੋ ਬੜੀ ਬਾਤ ਹੈ। ਔਰ ਕਹਾਂ ਸੇ? ਹਰਿਆਣਾ ਕਰਨਾਲ ਸੇ ਭਾਈ, ਕਰਨਾਲ। ਅਤੇ ਇਸ ਤੋਂ ਬਾਅਦ ਆ ਗਿਆ ਜੀ ਇਹ ਹਾਲ ਬਣੇ ਹੋਏ ਆ, ਹਾਲ ਕੀ ਬਣਾਏ ਹੋਏ ਆ ਤਿੰਨ, ਅਤੇ ਤਿੰਨਾਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੂਗਾ ਸਿਰਫ, ਜ਼ਿਆਦਾਤਰ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਇੱਕ ਹਾਲ ਦਿਖਾ ਦਿੰਦਾ, ਬਾਕੀ ਕਿਉਂਕਿ ਤਿੰਨਾਂ ਦੇ ਵਿੱਚ ਉਹ ਸੇਮ ਚੀਜ਼ ਮਿਲਣੀ ਆ, ਜਿਵੇਂ ਪੱਖੇ ਹੋ ਗਏ, ਉਸ ਤੋਂ ਬਾਅਦ ਜ਼ਿਆਦਾਤਰ ਬੀਜ ਹੋ ਗਿਆ, ਜਾਂ ਇਹਨੂੰ ਪੈਕ ਕਰਨ ਦੇ ਲਈ ਅਚਾਰ ਨੂੰ ਪੈਕ ਕਰਨ ਲਈ ਜਿਨ੍ਹਾਂ ਨੇ ਮਸ਼ੀਨਾਂ ਰੱਖੀਆਂ ਹੋਈਆਂ ਉਹਦੇ ਲਈ ਲਿਫਾਫੇ ਹੋ ਗਏ, ਬੀਜ ਹੋ ਗਏ, ਅਤੇ ਨਾਲ ਦੀ ਨਾਲ ਹੀ ਪਸ਼ੂਆਂ ਦੀਆਂ ਦਵਾਈਆਂ ਜਿਹਦੇ ਵਿੱਚ ਕਿ ਕੁਛ ਸਪਲੀਮੈਂਟ ਹੋ ਗਏ ਜਾਂ ਮਿਨਰਲ ਹੋ ਗਏ ਜਾਂ ਦਵਾਈਆਂ ਹੋ ਗਈਆਂ, ਇਸੇ ਤਰ੍ਹਾਂ ਹੀ ਸਾਰਾ ਕੁਝ ਤੁਹਾਨੂੰ ਇੱਥੇ ਬਲਕ ਦੇ ਰੂਪ ਦੇ ਵਿੱਚ ਮਿਲਦਾ ਜੀ। ਅਤੇ ਜਿੰਨੇ ਵੀ ਵੀਰਾਂ ਦਾ ਡੈਰੀ ਫਾਰਮ ਦੇ ਨਾਲ ਜੁੜੇ ਹੁੰਦੇ ਆ, ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚੋਂ ਕੋਈ ਅਜਿਹਾ ਬੰਦਾ ਨਹੀਂ ਹੋਊਗਾ ਜਿਹਦਾ ਵੀ ਡੈਰੀ ਫਾਰਮ ਦੇ ਨਾਲ ਜੁੜਿਆ ਹੋਇਆ ਅਤੇ ਇੱਥੇ ਨਾ ਪਹੁੰਚਿਆ ਹੋਵੇ, ਕਿਉਂਕਿ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਨਵੀਂ ਤੋਂ ਨਵੀਂ ਟੈਕਨੋਲੋਜੀ ਵੇਖਣ ਨੂੰ ਮਿਲਦੀ ਆ, ਨਵੀਂ ਤੋਂ ਨਵੀਂ ਚੀਜ਼ ਵੇਖਣ ਨੂੰ ਮਿਲਦੀ ਆ, ਹਰ ਚੀਜ਼ ਨਵੀਂ ਤੋਂ ਨਵੀਂ ਵੇਖਣ ਨੂੰ ਮਿਲਦੀ ਆ। ਜੇਕਰ ਤੁਸੀਂ ਵੀ ਇਸ ਕਿੱਤੇ ਦੇ ਨਾਲ ਸੰਬੰਧ ਰੱਖਦੇ ਆ ਅਤੇ ਇਹੋ ਜਿਹੇ ਐਕਸਪੋ ਦੇ ਵਿੱਚ ਆਪਣਾ ਆਉਣਾ ਬਣਦਾ ਜੀ, ਮੈਂ ਇੱਕ ਵਾਰੀ ਤੁਹਾਨੂੰ ਮੋਟਾ ਮੋਟਾ ਦਿਖਾਉਣਾ, ਕਿਉਂਕਿ ਹਰ ਕੰਪਨੀ ਦਾ ਆਪੋ ਆਪਣਾ ਸਮਾਨ ਰੱਖਿਆ ਹੁੰਦਾ ਅਤੇ ਕੋਈ ਵੀ ਬੰਦਾ ਜਿਹੜੀ ਕੰਪਨੀ ਦਾ ਸਮਾਨ ਵਰਤਦਾ ਉਹਨੂੰ ਪਤਾ ਹੁੰਦਾ, ਉਹਦੇ 'ਤੇ ਵਿਸ਼ਵਾਸ ਹੁੰਦਾ ਉਹਨੂੰ, ਅਤੇ ਮਤਲਬ ਕਿ ਐਕਸਪੋ ਕਿਸੇ ਵੀ ਕੰਮ ਦਾ ਆਪਾਂ ਕਹਿੰਦੇ ਹਾਂ, ਚਾਹੇ ਤੁਹਾਡਾ ਡੈਰੀ ਫਾਰਮ ਨਾਲ ਸੰਬੰਧ ਦਾ ਤੁਸੀਂ ਡੈਰੀ ਫਾਰਮ ਦੇ ਕਿੱਤੇ ਨਾਲ ਸੰਬੰਧ ਰੱਖਦੇ, ਇੱਥੇ ਜਾਣਾ ਚਾਹੀਦਾ ਜੀ, ਕਿਉਂਕਿ ਇਹਨਾਂ ਦੇ ਵਿੱਚ ਸਿਰਫ ਆਪਾਂ ਨੂੰ ਸਮਾਂ ਲੱਗਦਾ, ਇੱਕ ਅੱਧਾ ਦਿਨ ਦੇਣਾ ਵੀ ਚਾਹੀਦਾ ਇਹੋ ਜਿਹੇ ਕੰਮ ਨੂੰ। ਅਤੇ ਜੇ ਆਪਾਂ ਗੱਲ ਕਰਦੇ ਹਾਂ ਇੱਥੇ ਐਂਟਰੀ ਬਿਲਕੁਲ ਫ੍ਰੀ ਹੁੰਦੀ ਆ ਜਿੰਨੇ ਵੀ ਐਕਸਪੋ ਹੁੰਦੇ ਆ ਇਹਦੇ ਵਿੱਚ, ਹਾਂ ਪਾਰਕਿੰਗ 'ਤੇ ਤੁਹਾਨੂੰ ਕਿਤੇ ਨਾ ਕਿਤੇ 50-100 ਰੁਪਇਆ ਦੇਣਾ ਪਊਗਾ,
ਅਤੇ ਜਿਹੜੀ ਐਂਟਰੀ ਫਰੀ ਹੁੰਦੀ ਆ ਅਤੇ ਜਿਹੜਾ ਖਾਣਾ ਹੁੰਦਾ ਉਹ ਹੱਦ ਤੋਂ ਵੱਧ ਮਹਿੰਗਾ ਵੀ ਹੁੰਦਾ ਇੱਥੇ। ਨਾਲ ਇਹ ਵੀ ਗੱਲ ਆ, ਕਈ ਵੀਰ ਜਿਹੜੇ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਉਹ ਘਰੋਂ ਰੋਟੀਆਂ ਆਪਦੀਆਂ ਬਣਾ ਲਿਆਉਂਦੇ ਆ ਅਤੇ ਇੱਥੇ ਆ ਕੇ ਆਪਦਾ ਛਕ ਲੈਂਦੇ ਆ ਜੀ, ਕਿਉਂਕਿ ਜਿਹੜੇ ਇੱਥੇ ਨਾ ਐਕਸਪੋ ਦੇ ਵਿੱਚ ਖਾਣਾ ਸਭ ਤੋਂ ਜ਼ਿਆਦਾ ਮਹਿੰਗਾ ਹੁੰਦਾ ਜੀ। ਅਤੇ ਨਾਲ ਦੀ ਨਾਲ ਹੀ ਜਿਵੇਂ ਆਪਾਂ ਪਹਿਲੇ ਸ਼ੈਡ ਤੋਂ ਬਾਅਦ ਗੱਲ ਕਰਦੇ ਹਾਂ, ਇਸ ਸ਼ੈਡ 'ਤੇ ਫੂਡ ਕੋਰਟ ਬਣਿਆ ਹੋਇਆ ਜਿਹਦੇ ਵਿੱਚ ਕਿ ਤੁਹਾਨੂੰ ਹਰ ਕਿਸਮ ਦਾ ਕੌਫੀ, ਚਾਹ, ਬਰਗਰ, ਸ਼ਰਗਰ, ਪੰਜਾਬੀ ਖਾਣਾ ਸਭ ਕੁਛ ਮਿਲ ਜੂਗਾ ਜੀ। ਅਤੇ ਚਲੋ ਇਸ ਤੋਂ ਅੱਗੇ ਵੀ ਆ, ਮੈਂ ਤੁਹਾਨੂੰ ਦਿਖਾ ਦੇਣਾ, ਕੋਸ਼ਿਸ਼ ਕਰਦਾ ਮੈਂ ਇਸ ਵੀਡੀਓ ਦੇ ਵਿੱਚ ਹੀ ਇਹਨੂੰ ਕਵਰ ਕਰਨ ਦੀ ਜੀ। ਉਸ ਤੋਂ ਬਾਅਦ ਫਿਰ ਕੰਬਾਈਨਾਂ ਆਈਆਂ ਜੀ, ਪ੍ਰੀਤ ਵਗੈਰਾ, ਅਤੇ ਆਪਾਂ ਇਹ ਹਾਲ ਨੰਬਰ 2 ਦੇ ਵਿੱਚ ਦੇਖਦੇ ਹਾਂ, ਕਿਉਂਕਿ ਪਹਿਲੇ ਦੇ ਵਿੱਚ ਕੁਛ 2 ਨੰਬਰ ਹਾਲ ਦੇ ਵਿੱਚ ਵੀ ਆਪਾਂ ਗੇੜਾ ਕੱਢ ਕੇ ਆਉਂਦੇ ਇੱਕ ਵਾਰੀ। ਇਹਦੇ ਵਿੱਚ ਹੈ ਜੀ ਆਪਾਂ ਨੂੰ ਜ਼ਿਆਦਾ ਮਿਲਦੀ ਫੀਡ, ਜਿਵੇਂ ਆਪਾਂ ਪਹਿਲੇ ਦੇ ਵਿੱਚ ਦੇਖਿਆ ਸੀਗਾ ਕਿ ਦਵਾਈਆਂ ਸੀ ਜਾਂ ਬੀਜ ਸੀ, ਇਹ ਜਿੰਨਾ ਵੀ 2 ਨੰਬਰ ਹਾਲ ਹੈਗਾ ਇਹਦੇ ਵਿੱਚ ਆਪਾਂ ਨੂੰ ਫੀਡ ਮਿਲਦੀ ਆ ਜੀ। ਹਰ ਕੰਪਨੀ ਇੱਥੇ ਆਪਣੋ ਆਪਣੀ ਫੀਡ ਲੈ ਕੇ ਆਈ ਆ, ਕਿਉਂਕਿ 2 ਮੇਲਿਆਂ ਦੇ ਵਿੱਚ ਫੀਡ ਵਾਲੇ ਪਹੁੰਚਦੇ ਹੁੰਦੇ ਆ। ਇੱਕ ਪਹਿਲਾਂ ਹੁੰਦਾ ਜੀ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦਾ ਲੱਗਦਾ ਹੁੰਦਾ ਲੁਧਿਆਣੇ, ਗੜਵਾਸੂ ਯੂਨੀਵਰਸਿਟੀ ਦਾ, ਉੱਥੇ ਹਰ ਫੀਡ ਵਾਲੀ ਕੰਪਨੀ ਪਹੁੰਚਦੀ ਆ। ਅਤੇ ਜਾਂ ਦੂਜਾ ਜਿਹੜਾ ਹੈਗਾ ਜਗਰਾਉਂ ਦੇ ਵਿੱਚ ਲੱਗਦਾ ਜੀ PDFA, ਅਤੇ ਇਹ ਇੰਟਰਨੈਸ਼ਨਲ ਹੁੰਦਾ। ਅਤੇ ਬਾਕੀ ਇਹਦੇ ਵਿੱਚ ਲੋਕ ਬਾਹਰੋਂ ਵੀ ਆਉਂਦੇ ਆ, ਕਈ ਵਾਰੀ ਤਾਂ ਕੁਛ ਕੰਪਨੀਆਂ ਇੱਥੇ ਅਕਸਰ ਹੀ ਵੇਖਣ ਨੂੰ ਮਿਲਦੀਆਂ ਕਿ ਜਿਹੜੀਆਂ ਬਾਹਰਲੀਆਂ ਕੰਪਨੀਆਂ ਹੁੰਦੀਆਂ ਇੰਟਰਨੈਸ਼ਨਲ, ਹੈ ਨਾ, ਜਿੱਥੇ ਜ਼ਿਆਦਾ ਡੇਅਰੀ ਫਾਰਮ ਦੇ ਨਾਲ ਸੰਬੰਧਿਤ ਕਿੱਤਾ ਹੁੰਦਾ ਉਹ ਵੀ ਇੱਥੇ ਆਉਂਦੇ ਆ। ਅਤੇ ਉਸ ਤੋਂ ਬਾਅਦ ਇੱਥੇ ਕੰਪੀਟੀਸ਼ਨ ਵੀ ਹੁੰਦੇ ਆ ਪਸ਼ੂਆਂ ਦੇ, ਸੋਹਣੇ ਪਸ਼ੂਆਂ ਦੇ ਮੁਕਾਬਲੇ, ਦੁੱਧ ਚੁਆਈ ਦੇ ਮੁਕਾਬਲੇ, ਅਤੇ ਜਿਹੜਾ ਉਹਨਾਂ ਨੂੰ ਜੱਜ ਵਗੈਰਾ ਕਰਨ ਨੂੰ ਦੁੱਧ ਚੁਆਈ ਦੇ ਮੁਕਾਬਲੇ ਜਾਂ ਦੇਖਣ ਨੂੰ, ਉਹਦੇ ਵਿੱਚ ਵੀ ਜਿਹੜੇ ਉਹ ਬਾਹਰੋਂ ਜੱਜ ਇਹ ਸੱਦੇ ਆ ਜੀ। ਇਹ ਤਕੜੀ ਇੱਕ ਮਤਲਬ ਕਿ ਬਣਿਆ ਹੋਇਆ ਅਤੇ ਪਿਛਲੇ ਲਗਾਤਾਰ ਇਹ 17 ਸਾਲਾਂ ਤੋਂ ਲੱਗਦਾ ਆ ਰਿਹਾ ਜੀ PDFA। ਅਤੇ ਜਿਹੜਾ ਹਾਲ ਨੰਬਰ 2 ਆ ਇਹਦੇ ਵਿੱਚ ਆਪਾਂ ਨੂੰ ਉਹ ਕੁਛ ਜਿਵੇਂ ਆਪਾਂ ਪਹਿਲਾਂ ਦੇਖਿਆ ਸੀਗਾ ਫੀਡ ਅਤੇ ਬੀਜ ਆ ਜੀ। ਅਤੇ ਜੇ ਆਪਾਂ ਇਸ ਤੋਂ ਅੱਗੇ ਦੇਖਦੇ ਹਾਂ, ਆਪਾਂ ਤੁਹਾਨੂੰ ਹੋਰ ਦਿਖਾਉਂਦੇ ਹਾਂ, ਕਿਉਂਕਿ ਮੇਨ ਮੇਨ ਚੀਜ਼ਾਂ ਆਪਾਂ ਦਿਖਾ ਦੂੰਗਾ। ਐਡਵਰਟਾਈਜਮੈਂਟ ਦੇ ਲਈ ਹਰ ਬੰਦਾ ਕੋਈ ਨਾ ਕੋਈ ਕੋਸ਼ਿਸ਼ ਕਰਦਾ, ਕੁਛ ਨਾ ਕੁਛ ਬੰਦਾ ਹਰ ਨਵੇਂ ਤੋਂ ਨਵਾਂ ਆਪਣਾ ਜੋ ਸਟਾਲ 'ਤੇ ਖਿੱਚ ਦੇ ਲਈ ਅਲੱਗ ਤੋਂ ਕਰਦਾ ਜੀ। ਚਲੋ ਠੀਕ ਆ ਜੀ, ਮੈਂ ਮੋਟਾ ਮੋਟਾ ਤੁਹਾਨੂੰ ਇਹ 2 ਜਿਹੜੇ ਹਾਲ ਆ ਉਹ ਦਿਖਾ ਦਿੱਤੇ ਆ ਜੀ। ਇਸ ਤੋਂ ਆਪਾਂ ਅੱਗੇ ਚੱਲਦੇ ਹਾਂ, ਅਤੇ ਇਸ ਸਾਈਡ 'ਤੇ ਆ ਗਿਆ ਜੀ ਦਸਮੇਸ਼ ਗਰੁੱਪ, ਜਿਨ੍ਹਾਂ ਦੀਆਂ ਕਿ ਕੰਬਾਈਨਾਂ, ਜਿੰਨੀਆਂ ਵੀ ਇਹ ਮਸ਼ੀਨਾਂ ਆਈਆਂ ਹੋਈਆਂ, ਤੁਸੀਂ ਦੇਖੋ ਕਿ ਇਹਨਾਂ ਦੇ ਜਿੰਨੇ ਕਟਰ ਲੱਗੇ ਹੋਏ ਆ ਉਹ ਮੱਕੀ ਨੂੰ ਕੱਟਣ ਦੇ ਲਈ ਹੀ ਲੱਗੇ ਹੋਏ ਆ। ਇਹ ਆ ਜੀ ਹਾਲ ਨੰਬਰ 3। ਇਸ ਬਾਰੇ ਇਹਨਾਂ ਨੇ ਥੋੜ੍ਹਾ ਜਿਹਾ ਅੱਗੇ ਨੂੰ ਕਾਫੀ ਜ਼ਿਆਦਾ ਮਤਲਬ ਕਿ ਵਧੀਆ ਕੀਤਾ ਹੋਇਆ ਕੰਮ। ਇੱਕ ਤਾਂ ਕਿ ਬਾਰਿਸ਼ ਦਾ ਸਮਾਂ ਸੀਗਾ, ਅਤੇ ਇੱਕ ਕਮੀ ਜੇ ਆਪਾਂ ਗੱਲ ਕਰਦੇ ਹਾਂ ਯੂਨੀਵਰਸਿਟੀ ਦੀ, ਖੇਤੀਬਾੜੀ ਯੂਨੀਵਰਸਿਟੀ ਦੀ, ਲਗਾਤਾਰ 3 ਸਾਲ ਹੋ ਗਏ ਜੀ ਉੱਥੇ ਮੀਂਹ ਪੈਂਦਿਆਂ ਨੂੰ। ਪਰ ਜੇ ਮਤਲਬ ਕਿ ਯੂਨੀਵਰਸਿਟੀ ਇੱਦੂ ਵੱਡਾ ਅਦਾਰਾ ਹੈ ਨਾ, ਇੱਕ ਸਰਕਾਰੀ ਪੱਧਰ 'ਤੇ ਹੈਗਾ, ਅਤੇ ਜੇ ਉਹ ਇਸ ਤਰ੍ਹਾਂ ਦਾ ਪ੍ਰਬੰਧ ਕਰ ਦੇਣ ਜਿਵੇਂ ਤੰਬੂ ਵਗੈਰਾ ਲਗਾ ਦੇਣ, ਟੈਂਟ ਲਗਾ ਦੇਣ, ਅਤੇ ਜਿਹੜੇ ਲੋਕ ਸਟਾਲ ਲਾਉਂਦੇ ਆ ਜਾਂ ਦਰਸ਼ਕ ਜਿਹੜੇ ਮੇਲਾ ਦੇਖਣ ਜਾਂਦੇ ਆ ਉਹਨਾਂ ਦੇ ਲਈ ਵਧੀਆ ਰਹਿੰਦਾ ਜੀ, ਕਿਉਂਕਿ 3 ਸਾਲ ਹੋ ਗਏ ਲਗਾਤਾਰ ਉੱਥੇ ਮੀਂਹ ਪੈਂਦੇ ਨੂੰ, ਜਿਹਦੇ ਕਰਕੇ ਹਰ ਵਾਰ ਨਾਲੇ ਤਾਂ ਜਿਹੜੇ ਲੋਕ ਸਟਾਲ ਲਾਉਂਦੇ ਆ ਉਹਨਾਂ ਦਾ ਨੁਕਸਾਨ ਹੋ ਜਾਂਦਾ, ਅਤੇ ਜਿਹੜੇ
ਆਪਣੇ ਵਰਗੇ ਵੇਖਣ ਜਾਂਦੇ ਆ ਉਹ ਵੀ ਵਿਚਾਰੇ ਉੱਥੋਂ ਲਿਬੜ ਕੇ ਆ ਜਾਂਦੇ ਆ। ਯੂਨੀਵਰਸਿਟੀ ਦੇ ਵਿੱਚ ਸਭ ਤੋਂ ਵੱਡੀ ਇਹ ਕਮੀ ਪਾਈ ਗਈ ਹੈ ਜੀ, ਹਰ ਵਾਰੀ ਮੀਂਹ ਆਉਂਦਾ। ਅਤੇ ਜਿਵੇਂ ਪ੍ਰਾਈਵੇਟ ਮੇਲੇ ਹੋ ਗਏ ਜੀ, ਅਤੇ ਇਹਨਾਂ ਨੇ ਬਹੁਤ ਜ਼ਬਰਦਸਤ ਕੀ ਕੰਮ ਕੀਤਾ ਹੋਇਆ। ਵੈਸੇ ਤਾਂ ਇਹਨਾਂ ਦਾ ਹਰ ਵਾਰੀ ਹੁੰਦਾ, ਚਾਹੇ ਮੀਂਹ ਆ ਜਾਏ ਜਾਂ ਕੁਛ ਆ ਜਾਏ, ਕਿ ਇਹਨਾਂ ਨੇ ਜਿੱਥੇ ਪਸ਼ੂਆਂ ਦੇ ਮੁਕਾਬਲੇ ਹੋਏ ਆ ਉਸ ਜਗ੍ਹਾ ਦੇ ਉੱਪਰ ਵੀ ਇਹਨਾਂ ਨੇ ਟੈਂਟ ਲਗਾ ਛੱਡਿਆ ਜੀ। ਲਓ ਜੀ, ਆਪਾਂ ਇਸ ਤੋਂ ਅੱਗੇ ਚੱਲਦੇ ਚੱਲਦੇ ਜਿਵੇਂ ਕਿ ਆਪਾਂ ਪਿੱਛੇ ਤੁਹਾਨੂੰ ਚੀਜ਼ਾਂ ਦਿਖਾਇਆ, ਨਾਲ ਦੀ ਨਾਲ ਹੀ ਇੱਥੇ ਵਿੱਚ ਜਿਨ੍ਹਾਂ ਵੀਰਾਂ ਦੇ ਆਪੋ ਆਪਣੇ ਕਾਰੋਬਾਰ ਚਲਾਏ ਹੋਏ, ਜਿਵੇਂ ਤੁਸੀਂ ਵੇਖ ਸਕਦੇ ਹੋ, ਅਤੇ ਸ਼ਹਿਦ ਦਾ ਕਾਰੋਬਾਰ ਆ ਬਾਈਆਂ ਦਾ, ਆਪਾਂ ਗੱਲਬਾਤ ਕਰਦੇ ਹਾਂ। ਕੀ ਹਾਲ ਬਾਈ? ਅਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸ਼ਹਿਦ ਦਾ ਕੰਮ ਕਰਦੇ ਨੂੰ? ਇਹ ਵਿੱਚ ਮੇਰੇ ਫਾਦਰ ਸਾਹਿਬ 1992 ਤੋਂ ਕਰ ਰਹੇ ਸੀ ਜੀ। ਅੱਛਾ। ਫਿਰ ਮੈਂ ਇਹਨੂੰ ਮਤਲਬ ਕੰਮ ਨੂੰ ਅੱਗੇ ਤੋਰਿਆ, ਅਤੇ ਮੈਂ 2013 'ਚ ਆਪ ਇਸ ਕੰਮ ਦੇ ਵਿੱਚ ਆਇਆ, ਔਰ 2015 ਦੇ ਵਿੱਚ ਮੈਂ ਆਪਣੀ ਬ੍ਰੈਂਡਿੰਗ ਕਰਕੇ ਨਿਊ ਗੋਲਡਨ ਪੰਜਾਬ ਹਨੀ ਅਤੇ ਆਪ ਹੀ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ, ਕਿਉਂਕਿ 2013 ਦੇ ਵਿੱਚ ਸ਼ਹਿਦ ਦੇ ਰੇਟ ਕਾਫੀ ਡਾਊਨ ਸੀ, ਜਿਹੜੀਆਂ ਵੱਡੀਆਂ ਕੰਪਨੀਆਂ ਉਹ ਬਹੁਤ ਘੱਟ ਰੇਟ ਦਿੰਦੀਆਂ ਸੀ। ਫਿਰ ਮੈਂ ਸੋਚਿਆ ਵੀ ਕਿਉਂ ਨਾ ਆਪਣਾ ਹੀ ਬ੍ਰਾਂਡ ਕੋਈ ਬਣਾ ਕੇ ਅਤੇ ਐਗਜੀਬਿਸ਼ਨਾਂ ਦੇ ਉੱਤੇ, ਕਿਸਾਨ ਮੇਲਿਆਂ ਦੇ ਉੱਤੇ ਇਹਨੂੰ ਵੇਚਿਆ ਜਾਵੇ, ਨਾਲੇ ਇੱਕ ਤਾਂ ਗਾਹਕ ਤੱਕ ਵੀ ਸ਼ੁੱਧ ਚੀਜ਼ ਪਹੁੰਚਦੀ ਆ, ਠੀਕ ਹੈ ਜੀ, ਨਾਲੇ ਆਪਾਂ ਨੂੰ ਰੇਟ ਸਹੀ ਮਿਲ ਜਾਂਦਾ, ਨਾਲੇ ਆਪਣਾ ਨਾਮ ਬਣਦਾ ਜੀ ਮਾਰਕੀਟ ਦੇ ਵਿੱਚ। ਇਸ ਕਰਕੇ ਮੈਂ 2013 'ਚ ਫਿਰ ਇਸ ਕੰਮ ਦੇ ਵਿੱਚ ਆਇਆ। ਅਤੇ ਮਤਲਬ ਕਿ ਇਹਦੇ ਵਿੱਚ ਤੁਹਾਨੂੰ ਕਮਾਈ ਵਧੀਆ ਹੋ ਜਾਂਦੀ ਆ? ਹਾਂਜੀ ਹਾਂਜੀ ਵੀਰ ਜੀ, ਬਹੁਤ ਵਧੀਆ ਕਮਾਈ ਹੋ ਜਾਂਦੀ ਹੈ ਜੀ। ਜਿਹੜੇ ਉੱਦਮੀ ਵੀਰ ਆ ਉਹਨਾਂ ਨੂੰ ਆਪੋ ਆਪਣੇ ਕੰਮ ਵੀ ਚਲਾ ਕੇ ਰੱਖੇ, ਅਤੇ ਇਹੋ ਜਿਹੇ ਮੇਲਿਆਂ 'ਤੇ ਫਿਰ ਉਹ ਆ ਕੇ ਸਾਰਾ ਸਮਾਨ ਲਿਆਉਂਦੇ ਆ ਅਤੇ ਨਾਲੇ ਲੋਕਾਂ ਦੇ ਨਾਲ ਰੂਬਰੂ ਹੁੰਦੇ ਆ। ਅਤੇ ਇੱਧਰ ਜਿੰਨਾ ਵੀ ਤੁਸੀਂ ਇਹ ਸਾਰੀਆਂ ਸਟਾਲਾਂ ਦੇਖ ਰਹੇ ਹੋ, ਮੈਂ ਮੋਟਾ ਮੋਟਾ ਦਿਖਾਵਾਂ, ਅਤੇ ਕਿਉਂਕਿ ਅੱਜ ਕੱਲ੍ਹ ਗੁੜ ਦਾ ਕਾਫੀ ਰੁਝਾਨ ਚੱਲਿਆ ਹੋਇਆ ਜੀ, ਅਤੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਔਰਗੈਨਿਕ ਗੁੜ, ਸਾਰੇ ਗੁੜ ਆਪੋ ਆਪਣੇ ਲੈ ਕੇ ਆਏ ਆ, ਜਾਂ ਇਸੇ ਤਰ੍ਹਾਂ ਮਸਾਲਾ ਹੋ ਗਿਆ ਹੈ ਨਾ, ਅਤੇ ਫਿਰ ਇਹ ਸ਼ਹਿਦ ਵਾਲੇ ਹੋ ਗਏ, ਇਹ ਉਹੀ ਆ ਗਏ, ਕਿਉਂਕਿ ਲੋਕ ਬਿਮਾਰੀਆਂ ਤੋਂ ਡਰਦੇ ਕੁਛ ਗੁੜ ਲਈ ਜ਼ਿਆਦਾ ਆ ਰਹੇ ਆ, ਅਤੇ ਬਹੁਤ ਜਗ੍ਹਾ ਹੁਣ ਘਰਾੜੇ ਲੱਗ ਚੁੱਕੇ ਆ, ਅਤੇ ਤੁਸੀਂ ਵੇਖੋ ਕਿ ਕਿੰਨੀਆਂ ਇੱਥੇ ਸਟਾਲਾਂ ਇਹ ਹੀ ਲੱਗੀਆਂ ਹੋਈਆਂ ਜੀ, ਜੋ ਕਿ ਸਿਰਫ ਗੁੜ ਦੇ ਨਾਲ ਸੰਬੰਧਿਤ ਆ ਜਾਂ ਇਸੋ ਜਿਹੇ ਕੰਮਾਂ ਦੇ ਨਾਲ ਸੰਬੰਧਿਤ ਆ ਜੀ। ਜਿਸ ਸਾਈਡ 'ਤੇ ਪਸ਼ੂਆਂ ਦਾ ਟੈਂਟ ਲੱਗਾ ਹੋਇਆ, ਮੁਕਾਬਲੇ ਹੋ ਰਹੇ ਆ, ਲੋਕਾਂ ਦੀਆਂ ਸਟੋਰੀਆਂ ਬਣਾਈਆਂ ਹੋਈਆਂ, ਆਪਾਂ ਉਸ ਸਾਈਡ ਚੱਲਦੇ ਹਾਂ। ਅਤੇ ਇਹ ਲੋਕ ਆਪੋ ਆਪਣਾ ਜੋ ਸਮਾਨ ਲੈ ਕੇ ਆਏ ਆ ਵੇਚਣ ਦੇ ਲਈ, ਕਿਉਂਕਿ ਨਾਲ ਦੀ ਨਾਲ ਹੀ ਮੇਲੇ ਦਾ ਮਤਲਬ ਜੇ ਆਪਾਂ ਇੱਥੇ ਆਏ ਹਾਂ ਤਾਂ ਇੱਥੇ ਸਾਰਾ ਕੁਛ ਹੀ ਆਪਾਂ ਨੂੰ ਮਿਲਦਾ ਰਹਿੰਦਾ ਜੀ। ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ, ਮਸ਼ੀਨਰੀ ਤੋਂ ਬਾਅਦ ਦੂਜੇ ਪਾਸੇ ਜਿਸ ਸਾਈਡ 'ਤੇ ਲੋਕਾਂ ਦੀਆਂ ਆਪੋ ਆਪਣੀਆਂ ਸਟੋਰੀਆਂ ਲਾਈਆਂ ਹੋਈਆਂ, ਆਪੋ ਆਪਣੇ ਪਸ਼ੂ ਲੈ ਕੇ ਆਏ ਆ। ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਇੱਥੇ ਪਸ਼ੂਆਂ ਦੇ ਨਹਾਉਣ ਦੇ ਲਈ ਟੱਬ ਬਣਾਇਆ ਹੋਇਆ, ਜਿਹਦੇ ਵਿੱਚ ਕਿ ਤਾਜ਼ਾ ਪਾਣੀ ਆਈ ਜਾਂਦਾ, ਅਤੇ ਲੋਕ ਆਪੋ ਆਪਣੇ ਪਸ਼ੂ ਇੱਥੇ ਨਹਾ ਰਹੇ ਆ। ਕੁਛ ਇੱਥੇ ਤੁਸੀਂ ਦੇਖੋ ਕਿ ਲੇਬਰ ਵਾਲੇ ਲੱਗੇ ਹੋਏ ਆ ਪਸ਼ੂ ਨਹਾਉਣ ਦੇ ਲਈ, ਕਿਉਂਕਿ ਇਸ ਤੋਂ ਬਾਅਦ ਇਹਨਾਂ ਨੇ ਸੁਨੱਖੇ ਪਾਉਣ ਦੇ ਵਿੱਚ ਜਾਂ ਦੁੱਧ ਚੁਆਈ ਦੇ ਵਿੱਚ ਜਾਣਾ ਜੀ। ਅਤੇ ਇੱਥੇ ਭੋਰਾ ਵੀ ਮਿੱਟੀ ਨਹੀਂ ਇਹਦੇ 'ਤੇ ਲੱਗਣ ਦਿੰਦੇ ਹੈ ਨਾ, ਲਗਾਤਾਰ ਇਸੇ ਤਰ੍ਹਾਂ ਇੱਥੇ ਪਸ਼ੂਆਂ ਦੀ ਸੇਵਾ ਹੁੰਦੀ ਰਹਿੰਦੀ ਬਹੁਤ ਜ਼ਿਆਦਾ, ਕਿਉਂਕਿ ਜਿਹੜੇ ਮੁਕਾਬਲੇ ਦੇ ਵਿੱਚ ਪਸ਼ੂ ਆਉਣੇ ਹੁੰਦੇ ਉਹਨਾਂ ਦੀ ਬਿਲਕੁਲ ਖਾਸ ਤਰੀਕੇ ਦੇ ਨਾਲ ਦੇਖਭਾਲ ਕੀਤੀ ਜਾਂਦੀ ਹੈ ਜੀ। ਅਤੇ ਇਹਦੇ ਨਾਲ ਦੀ ਨਾਲ ਹੀ ਜਿਵੇਂ ਕਿ ਜੇ ਆਪਾਂ ਗੱਲ ਕਰਦੇ ਹਾਂ ਪਸ਼ੂਆਂ ਦੇ ਸਿੰਗ ਬਣਾਉਣ ਵਾਲੇ ਜਾਂ ਖੁਰ ਬਣਾਉਣ ਦੇ ਲਈ, ਇਹ ਵੀ ਇੱਥੇ ਪਹੁੰਚੇ ਹੁੰਦੇ ਆ, ਕਿਉਂਕਿ ਇੱਥੇ ਇੱਕ ਹੱਬ ਬਣ ਜਾਂਦਾ ਜੀ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਸੀਮਨ ਵੇਚਣ ਵਾਲੇ ਜਿਨ੍ਹਾਂ ਨੇ ਆਪਣੇ ਝੋਟਿਆਂ ਦਾ ਸੀਮਨ ਵੇਚਣਾ ਹੁੰਦਾ, ਟੀਕੇ ਵੇਚਣੇ ਹੁੰਦੇ ਆ, ਉਹ ਵੀ ਇੱਥੇ ਵੱਧ ਤੋਂ ਵੱਧ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਜੀ। ਅਤੇ ਜਿਸ ਵੀ ਵਰਾਇਟੀ ਦਾ, ਜਿਸ ਵੀ ਨਸਲ ਦਾ ਟੀਕਾ ਕਿਸੇ ਨੇ ਲੈਣਾ ਹੋਵੇ, ਜਿਹੜੇ ਇਹ ਡੰਗਰ ਡਾਕਟਰ ਹੁੰਦੇ ਆ, ਵੈਟਰਨਰੀ ਡਾਕਟਰ ਹੁੰਦੇ ਆ, ਅਤੇ ਉਹ ਫਿਰ ਆ ਕੇ ਇੱਥੇ ਆਪਦੇ ਸਿਲੰਡਰ ਲਿਆਉਂਦੇ ਆ ਅਤੇ ਇੱਥੋਂ ਟੀਕੇ ਲੈ ਜਾਂਦੇ ਆ, ਕਿਉਂਕਿ ਇੱਕ ਤਾਂ ਇੱਥੇ ਉਹਨਾਂ ਨੂੰ ਦੂਰ ਦੂਰ ਜਾਣਾ ਨਹੀਂ ਪੈਂਦਾ, ਕਿਉਂਕਿ ਕੋਈ ਹਿਸਾਰ ਦਾ ਟੀਕਾ ਹੁੰਦਾ, ਕੋਈ ਦੂਰ ਦੂਰ ਦੇ ਹੁੰਦੇ ਆ, ਉਹ ਸਭ ਫਿਰ ਇੱਥੋਂ ਹੀ ਮਿਲ ਜਾਂਦੇ ਆ ਜੀ। ਅਤੇ ਆ ਜੋ ਇਸ ਤੋਂ ਅੱਗੇ ਆਪਾਂ ਤੁਹਾਨੂੰ ਵਿਖਾਉਣੇ ਮੁਕਾਬਲੇ ਚੱਲਦੇ ਪਏ ਆ,
ਮੁਕਾਬਲੇ ਅਲੱਗ ਅਲੱਗ ਕੋਈ ਸੁਨੱਖੇ ਦਾ ਹੋ ਗਿਆ ਕੋਈ ਦੁੱਧ ਚੁਆਈ ਦੇ ਦੂਜੇ ਪਾਸੇ ਆ ਅਤੇ ਇੱਥੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਮੁਕਾਬਲੇ ਦੇ ਵਿੱਚ ਕਿ ਕੀ ਇੱਥੇ ਚੱਲਦਾ ਪਿਆ। ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਟੈਂਟ ਲੱਗਾ ਹੋਇਆ ਜੀ ਅਤੇ ਇੱਧਰ ਜਿਹੜੇ ਪਸ਼ੂ ਲੋਕ ਲੈ ਕੇ ਆਏ ਆ ਮੁਕਾਬਲੇ ਵਗੈਰਾ ਦੇ ਉਹ ਇਸ ਤਰ੍ਹਾਂ ਵੱਧੇ ਹੋਏ ਆ, ਦੇਖਭਾਲ ਥੱਲੇ ਪਰਾਲੀ ਸਿੱਟੀ ਹੋਈ ਆ ਅਤੇ ਉਹਨਾਂ ਦੇ ਰਾਖੇ ਉੱਥੇ ਬੈਠੇ ਆ ਕਿਉਂਕਿ ਸ਼ਰਾਰਤੀ ਅਨਸਰ ਵੀ ਅਕਸਰ ਇਹਦੇ ਵਿੱਚ ਆ ਜਾਂਦੇ ਆ ਹੈ ਨਾ। ਅਤੇ ਆਜੋ ਹੋਰ ਦਿਖਾਉਂਦੇ ਆ ਜਿੰਨੀਆਂ ਵੀ ਤਕਰੀਬਨ ਜ਼ਿਆਦਾ ਮੋਹਰਾਂ ਨੀਲੀ ਰਾਵੀ ਜਾਂ ਐਚ ਐਫ ਜਰਸੀ ਸਾਹੀਵਾਲ ਗਾਵਾਂ ਮੋਹਰਾਂ ਇਹ ਸਭ ਇੱਥੇ ਲੈ ਕੇ ਆਉਂਦੇ। ਗੱਲ ਬਾਰ ਬਾਰ ਕਹਿੰਦਾ ਕਿ ਘਰੇ ਪ੍ਰੈਕਟਿਸ ਜਦੋਂ ਘੱਟ ਕੀਤੀ ਹੁੰਦੀ ਹੈ ਤਾਂ ਉਰੇ ਆ ਕੇ ਪ੍ਰੋਬਲਮ ਆਉਣੀ ਆ, ਇਹ ਜਿਹਦੇ ਰੋਜ਼ ਦਸ ਦਸ ਚੱਕਰ ਲਵਾਏ ਹੋਣ ਤਾਂ ਇਹ ਟਿੱਕੇ ਖੜ ਜਾਣਗੇ ਆ। ਇੱਥੇ ਲਾਊਡ ਸਪੀਕਰ ਦੀ ਆਵਾਜ਼ ਜ਼ਿਆਦਾ ਅਤੇ ਮੈਂ ਕੋਸ਼ਿਸ਼ ਕਰਦਾ ਕਿ ਇੱਥੋਂ ਕਿਤੋਂ ਨਾ ਕਿਤੋਂ ਦਿਖਾਉਣ ਦੀ ਅਤੇ ਇੱਥੇ ਪੰਡਾਲ ਲੱਗਾ ਹੋਇਆ ਜੀ ਮੈਂ ਦਿਖਾਉਣਾ ਕਿਤੋਂ ਨਾ ਕਿਤੋਂ ਦੀ ਜਿੱਥੇ ਜਗ੍ਹਾ ਮਿਲੀ ਕਿਉਂਕਿ ਰਸ਼ ਕਾਫੀ ਜ਼ਿਆਦਾ ਤੁਸੀਂ ਦੇਖੋਗੇ ਦਰਸ਼ਕ ਪੌੜੀਆਂ 'ਤੇ ਬੈਠੇ ਹੋਏ ਆ ਅਤੇ ਪੰਡਾਲ ਦੇ ਵਿੱਚ ਆਪਾਂ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਇਸ ਜਗ੍ਹਾ ਦੇ ਉੱਪਰ ਆ ਜੀ ਪੰਡਾਲ ਅਤੇ ਇੱਥੇ ਅਲੱਗ ਅਲੱਗ ਸਾਰੇ ਮੁਕਾਬਲੇ ਹੁੰਦੇ ਆ ਜੀ। ਆ ਦੇਖੋ ਹੁਣ ਆਵਾਜ਼ ਤੁਸੀਂ ਆਪੇ ਸੁਣ ਲਿਓ ਜਿਵੇਂ ਇੱਥੇ ਮੁਕਾਬਲੇ ਹੁੰਦੇ ਆ ਤੇ ਉਹਦੇ ਉੱਤੇ ਫਸਟ ਸੈਕਿੰਡ ਥਰਡ ਤੇ ਇਸ ਤਰ੍ਹਾਂ ਇਨਾਮ ਦਿੱਤੇ ਜਾਂਦੇ ਆ ਜੀ ਤੇ ਇੱਥੇ ਨਾ ਆਵਾਜ਼ ਜ਼ਿਆਦਾ ਹੋਣ ਦੇ ਕਰਕੇ ਆਪਾਂ ਇੱਥੇ ਵੀਡੀਓ ਥੋੜ੍ਹੀ ਘੱਟ ਬਣਾ ਰਹੇ ਹਾਂ।